ਜਿਵੇਂ ਹਿੰਦ ਪੰਜਾਬ ਦੀ ਜੰਗ ਚੱਲਦੀ ਹੋਵੇ, ਆਰਮੀ ਵੱਲੋਂ ਬਹੁਤ ਤਣਾਅਪੂਰਨ ਹਾਲਾਤ ਜੋ ਬਣਾ ਦਿੱਤੇ ਗਏ ਨੇ, ਡਰੋਨ ਦੇ ਵੱਲੋਂ ਵੀ ਜਾਂਚੂ ਗੈਸ ਦੇ ਗੋਲੇ ਨੇ ਛੱਡੇ ਗਏ ਨੇ, ਡਰੋਨ ਨਾਲ ਵੀ ਜੋ ਗੋਲੇ ਛੱਡੇ ਜਾ ਰਹੇ ਨੇ, ਬਹੁਤ ਧੱਕਾ ਜੋ ਸੈਂਟਰ ਗੌਰਮੈਂਟ ਕਿਸਾਨਾਂ ਦੇ ਨਾਲ ਕਰ ਰਹੀ ਆ। ਹੰਝੂ ਗੈਸ ਦੇ ਗੋਲੇ ਹੰਝੂ ਗੈਸ ਦੇ ਗੋਲੇ ਵਾਰ ਵਾਰ ਆਰਮੀ ਵੱਲੋਂ ਛੱਡੇ ਜਾ ਰਹੇ ਨੇ, ਤੁਸੀਂ ਦੇਖ ਸਕਦੇ ਹੋ ਜੀ ਸ਼ੰਭੂ ਬਾਰਡਰ ਤੋਂ ਲਾਈਵ, ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੇ ਉੱਤੇ ਬਿਲਕੁਲ ਹਿੰਦੁਸਤਾਨ ਪਾਕਿਸਤਾਨ ਦੀ ਬਾਰਡਰ ਵਾਲਾ ਮਾਹੌਲ ਬਣਾ ਦਿੱਤਾ ਗਿਆ ਹੈ। ਇੱਕ ਪਾਸੇ ਗੋਲੇ ਚੱਲ ਰਹੇ ਨੇ ਅਤੇ ਨੌਜਵਾਨਾਂ ਨੂੰ ਸਾਹ ਲੈਣ ਦੇ ਵਿੱਚ ਵੀ ਦਿੱਕਤ ਆ ਰਹੀ ਆ, ਅਤੇ ਇੱਧਰੋਂ ਇੱਕ ਸਿੱਖ ਨੌਜਵਾਨ ਵੀ ਜੋ ਅੱਗੇ ਵੱਧ ਰਿਹਾ ਹੈ, ਉਹ ਵੀ ਆਪਣੇ ਜੋ ਇੱਧਰੋਂ ਗੋਲੇ ਛੱਡ ਰਿਹਾ ਹੈ, ਨੌਜਵਾਨਾਂ ਵੱਲੋਂ ਵੀ ਇੱਧਰੋਂ ਵੀ ਗੋਲੇ ਛੱਡੇ ਜਾ ਰਹੇ ਨੇ, ਪੂਰਾ ਆੜੋ ਤੜੀ ਵਾਲਾ ਮਾਹੌਲ ਜੋ ਇੱਥੇ ਹੋਇਆ ਪਿਆ। ਯਾਰ ਬਹੁਤ ਜ਼ਿਆਦਾ ਬੈਲੈਂਸ ਹੈ ਜੋ ਗੌਰਮੈਂਟ ਵੱਲੋਂ ਇੱਥੇ ਕੀਤੀ ਜਾ ਰਹੀ ਆ। ਬਹੁਤ ਜ਼ਿਆਦਾ ਵਾਇਲੇਸ਼ਨ ਗੌਰਮੈਂਟ ਵੱਲੋਂ ਇੱਥੇ ਕੀਤੀ ਜਾ ਰਹੀ ਆ, ਅਤੇ ਨਿਹੰਗ ਸਿੰਘ ਫੌਜਾਂ ਅੱਗੇ ਤੈਨਾਤ ਹਨ, ਅਤੇ ਡਰੋਨ ਵੀ ਛੱਡਿਆ ਗਿਆ ਹੈ, ਅਤੇ ਪ੍ਰਸ਼ਾਸਨ ਵੱਲੋਂ ਬਹੁਤ ਧੱਕਾ ਹੋ ਰਿਹਾ ਸ਼ੰਭੂ ਬਾਰਡਰ ਦੇ ਉੱਤੇ, ਅਤੇ ਇੱਧਰੋਂ ਜੋ ਨੌਜਵਾਨ ਨੇ ਜੋ ਪਾਣੀ ਛੱਡ ਰਹੇ ਨੇ, ਨੌਜਵਾਨਾਂ ਨੇ ਵੀ ਪ੍ਰੈਸ਼ਰ ਨਾਲ ਉੱਧਰ ਪਾਣੀ ਛੱਡ ਰਹੇ ਨੇ ਸ਼ੰਭੂ ਬਾਰਡਰ ਦੇ ਉੱਤੇ। 21 ਤਰੀਕ ਦੇ ਜੋ ਲਾਈਵ ਅਪਡੇਟ ਤੁਸੀਂ ਦੇ ਸਕਦੇ ਹੋ, ਬਹੁਤ ਧੱਕਾ ਜੋ ਪ੍ਰਸ਼ਾਸਨ ਵੱਲੋਂ ਹੋ ਰਿਹਾ, ਹੰਝੂ ਗੈਸ ਦੇ ਗੋਲੇ ਜੋ ਦਾਗੇ ਜਾ ਰਹੇ ਨੇ ਦੋਨੋਂ ਪਾਸੋਂ, ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ, ਬਹੁਤ ਧੱਕਾ ਹੋ ਰਿਹਾ ਸ਼ੰਭੂ ਬਾਰਡਰ ਦੇ ਉੱਤੇ ਪ੍ਰਸ਼ਾਸਨ ਵੱਲੋਂ। ਦੇ ਸਕਦੇ ਹੋ ਜੀ ਇੱਕ ਪਾਸੇ ਮਿਲਟਰੀ ਖੜ੍ਹੀ ਆ, ਅਤੇ ਨੌਜਵਾਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ। ਤੁਸੀਂ ਦੇ ਸਕਦੇ ਹੋ ਡਰੋਨ ਦੇ ਵੱਲੋਂ ਵੀ ਹੰਝੂ ਗੈਸ ਦੇ ਗੋਲੇ ਨੇ ਛੱਡੇ ਗਏ ਨੇ, ਤੁਸੀਂ ਦੇ ਸਕਦੇ ਹੋ ਗੌਰਮੈਂਟ ਦੇ ਵੱਲੋਂ ਡਰੋਨ ਛੱਡਿਆ ਗਿਆ, ਅਤੇ ਵਾਰ ਵਾਰ ਹੰਝੂ ਗੈਸ ਦੇ ਗੋਲੇ ਜੋ ਕਿਸਾਨਾਂ ਵੱਲ ਨੂੰ ਛੱਡੇ ਜਾ ਰਹੇ ਨੇ। ਕਿਸਾਨ ਜ਼ਬੂਰੀ ਢੰਗ ਨਾਲ ਆਪਣੇ ਹੱਕਾਂ ਦੀ ਮੰਗ ਕਰ ਰਹੇ ਨੇ, ਪਰ ਪ੍ਰਸ਼ਾਸਨ ਬਹੁਤ ਧੱਕਾ ਕਰ ਰਿਹਾ ਹੈ। ਡਰੋਨ ਵੀ ਆ ਆਰਮੀ ਵੱਲੋਂ ਛੱਡੇ ਜਾ ਰਹੇ ਨੇ, ਪੰਜਾਬ ਦੀ ਹੱਦ ਦੇ ਵਿੱਚ ਡਰੋਨ, ਅਤੇ ਨੌਜਵਾਨ ਇੱਧਰ ਪਾਣੀ ਦੀਆਂ ਬੋਤਲਾਂ ਵੀ ਮਾਰ ਰਹੇ ਨੇ, ਅਤੇ ਪਤੰਗ ਵੀ ਚੜ੍ਹਾਏ ਹੋਏ ਨੇ, ਹੰਝੂ ਗੈਸ ਦੇ ਗੋਲੇ ਜੋ ਸ਼ੰਭੂ ਬਾਰਡਰ ਦੇ ਉੱਤੇ ਛੱਡੇ ਜਾ ਰਹੇ ਨੇ। ਬਹੁਤ ਜੋ ਇੱਥੇ ਮਨੁੱਖਤਾ ਦਾ ਘਾਣ ਹੋ ਰਿਹਾ ਸੈਂਟਰ ਸਰਕਾਰ ਵੱਲੋਂ, ਬਹੁਤ ਘਿਨਾਉਣੀ ਹਰਕਤ ਜੋ ਆਰਮੀ ਕਰ ਰਹੀ ਆ, ਕਿਸਾਨ ਭਾਰੀ ਗਿਣਤੀ ਦੇ ਵਿੱਚ ਆਪਣੇ ਹੱਕਾਂ ਦੀ ਮੰਗ ਕਰ ਰਹੇ ਨੇ। ਇੱਧਰ ਹੰਝੂ ਗੈਸ ਦੇ ਜੋ ਗੋਲੇ ਛੱਡੇ ਜਾ ਰਹੇ ਨੇ, ਅਤੇ ਕਿਸਾਨਾਂ ਵੱਲੋਂ ਇੱਕ ਬਾਉਂਡਰੀ ਬਣਾਈ ਹੋਈ ਆ ਆਪਣੇ ਸੁਰੱਖਿਆ ਦੇ ਲਈ, ਥੈਲੇ ਲਗਾਏ ਗਏ ਨੇ ਮਿੱਟੀ ਦੇ, ਉਹ ਲਗਾਤਾਰ ਗੋਲੇ ਹੰਝੂ ਗੈਸ ਦੇ ਗੋਲੇ ਜੋ ਸ਼ੰਭੂ ਬਾਰਡਰ 'ਤੇ ਦਾਗੇ ਜਾ ਰਹੇ ਨੇ, ਬਹੁਤ ਪ੍ਰਸ਼ਾਸਨ ਧੱਕਾ ਕਰ ਰਿਹਾ। ਤੁਸੀਂ ਦੇ ਸਕਦੇ ਹੋ ਸ਼ੰਭੂ ਬਾਰਡਰ ਤੋਂ ਲਾਈਵ ਆਰਮੀ ਵੱਲੋਂ ਲਗਾਤਾਰ ਜੋ ਗੋਲੇ ਦਾਗੇ ਜਾ ਰਹੇ ਨੇ, ਅਤੇ ਇੱਧਰ ਕਿਸਾਨ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਮੰਗ ਕਰ ਰਹੇ ਨੇ। ਬਹੁਤ ਭਾਰੀ ਗਿਣਤੀ ਦੇ ਵਿੱਚ ਕਿਸਾਨ ਜੋ ਇੱਥੇ ਪਹੁੰਚੇ ਨੇ, ਜੋ 21 ਫਰਵਰੀ ਦੀ ਕਾਲ ਸੀ ਦਿੱਲੀ ਕੂਚ ਦੀ, ਸੋ ਇਹ ਆਰਮੀ ਵੱਲੋਂ ਵੀ JCB ਮਸ਼ੀਨਾਂ ਆਪਣੇ ਵੱਲ ਪਾਸੇ ਖੜਾ ਲੱਤੀਆਂ ਗਈਆਂ ਨੇ, ਅਤੇ ਬਹੁਤ ਧੱਕਾ ਜੋ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਜੀ। ਇੱਧਰ
ਮਿੱਟੀ ਦੇ ਥੈਲਿਆਂ ਦੀ ਇੱਕ ਬਾਉਂਡਰੀ ਬਣਾ ਦਿੱਤੀ ਗਈ ਆ ਸੁਰੱਖਿਆ ਦੇ ਲਈ ਕਿਸਾਨਾਂ ਵੱਲੋਂ। ਜਿੱਦਾਂ ਸਰਹੱਦਾਂ 'ਤੇ ਹੁੰਦਾ ਹੈ ਉੱਦਾਂ ਕਿਸਾਨਾਂ ਨੇ ਆਪਣੇ ਬੰਦੋਬਸਤ ਕੀਤੇ ਹੋਏ ਨੇ ਅਤੇ ਕੁਝ ਨੌਜਵਾਨ ਜੋ ਅੱਗੇ ਵੀ ਵਧੇ ਹੋਏ ਨੇ। ਸੋ ਬਹੁਤ ਜੋ ਧੱਕਾ ਪ੍ਰਸ਼ਾਸਨ ਕਰ ਰਿਹਾ। ਸ਼ੰਭੂ ਬਾਰਡਰ 'ਤੇ ਤੁਸੀਂ ਦੇਖ ਸਕਦੇ ਹੋ ਲਾਈਵ 21 ਫਰਵਰੀ ਦੀ ਰਿਪੋਰਟ। ਲਗਾਤਾਰ ਡਰੋਨ ਛੱਡੇ ਜਾ ਰਹੇ ਨੇ, ਡਰੋਨ ਨਾਲ ਹੰਝੂ ਗੈਸ ਦੇ ਕੋਲੇ ਜਦ ਅੱਗੇ ਜਾ ਰਹੇ ਨੇ। ਜਦੋਂ ਡਰੋਨ ਆਉਂਦਾ ਕਿਸਾਨਾਂ ਵੱਲੋਂ ਆਤਿਸ਼ਬਾਜ਼ੀਆਂ ਛੱਡ ਦਿੱਤੀਆਂ ਜਾਂਦੀਆਂ ਨੇ। ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ 'ਤੇ ਲਗਾਤਾਰ ਸਰਕਾਰ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ। ਲਗਾਤਾਰ 2 ਘੰਟੇ ਹੋ ਗਏ ਹੰਝੂ ਗੈਸ ਦੇ ਕੋਲੇ ਜੋ ਕਿਸਾਨਾਂ ਉੱਤੇ ਦਾਗੇ ਜਾ ਰਹੇ ਨੇ, ਫਿਰ ਵੀ ਕਿਸਾਨ ਭਾਰੀ ਗਿਣਤੀ ਦੇ ਵਿੱਚ ਅੱਗੇ ਵੱਧ ਰਹੇ ਨੇ। ਬੇਖੌਫ ਸਰਕਾਰ ਨਾਲ ਜੋ ਟੱਕਰ ਲੈ ਰਹੇ ਨੇ ਕਿਸਾਨ, ਭਾਵੇਂ ਸਾਹਮਣਿਓ ਹੰਝੂ ਗੈਸ ਦੇ ਗੋਲਿਆਂ ਨਾਲ ਅਟੈਕ ਕੀਤਾ ਜਾ ਰਿਹਾ। ਬਹੁਤ ਹੌਸਲੇ ਨਾਲ ਕਿਸਾਨ ਅੱਗੇ ਵੱਧ ਰਹੇ ਨੇ। ਦੇਖ ਸਕਦੇ ਹੋ ਸ਼ੰਭੂ ਬਾਰਡਰ ਤੋਂ ਲਾਈਵ, ਅਤੇ ਇੱਧਰ ਪਤੰਗ ਵੀ ਚੜਾਏ ਹੋਏ ਨੇ ਵੀਰਾਂ ਨੇ ਡਰੋਨ ਸੁੱਟਣ ਦੇ ਲਈ। ਸੋ ਸ਼ੰਭੂ ਬਾਰਡਰ ਤੋਂ ਲਾਈਵ ਸਕਦੇ ਹੋ ਲਗਾਤਾਰ ਜੋ ਤਸ਼ੱਦਦ ਕੀਤਾ ਜਾ ਰਿਹਾ ਵੀਰਾਂ ਵੱਲੋਂ, ਜੋ ਟਰੈਕਟਰ ਵੀ ਅੱਗੇ ਲਗਾ ਦਿੱਤੇ ਗਏ ਨੇ। ਦੇਖ ਸਕਦੇ ਹੋ ਤੁਸੀਂ ਸ਼ੰਭੂ ਬਾਰਡਰ ਤੋਂ ਬਹੁਤ ਤਣਾਅਪੂਰਨ ਹਾਲਾਤ ਇੱਥੇ ਬਣੇ ਹੋਏ ਨੇ। ਸਰਕਾਰ ਲਗਾਤਾਰ ਜੋ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਥੱਲੇ ਖੇਤਾਂ ਦੇ ਵਿੱਚ ਵੀ ਬਹੁਤ ਭਾਰੀ ਗਿਣਤੀ ਦੇ ਵਿੱਚ ਕਿਸਾਨ ਖੜ੍ਹੇ ਨੇ, ਤੁਸੀਂ ਦੇਖ ਸਕਦੇ ਹੋ। ਸ਼ੰਭੂ ਬਾਰਡਰ 'ਤੇ ਬਹੁਤ ਤਣਾਅਪੂਰਨ ਹਾਲਾਤ ਬਣੇ ਹੋਏ ਨੇ। ਆਰਮੀ ਜੋ ਲਗਾਤਾਰ ਹੰਝੂ ਗੈਸ ਦੇ ਗੋਲਿਆਂ ਦਾ, ਹਾਂਜੀ ਜ਼ੂਮ ਕਰਕੇ ਦਿਖਾਓ, ਉਹ ਪਹਿਲੇ ਦਿਖਾਓ ਜ਼ੂਮ ਕਰਕੇ ਜੋ ਮੇਲਾ ਦੇਖਣ ਆਏ ਲੋਕ, ਪਰ ਉੱਥੇ ਕੀ ਰੱਖਿਆ ਆ? ਹਾਂਜੀ ਅੰਦੋਲਨ ਦਾ ਇੱਥੇ ਆ, ਅੱਗੇ ਤਾਂ ਇੱਥੇ ਜਾਣਾ ਆਪਾਂ, ਉੱਥੇ ਫਿਰ ਜਾਣਾ, ਉੱਥੋਂ ਕਹਿਣ ਦੀ ਜਾਣਾ ਤੁਸੀਂ, ਇੱਧਰ ਆਵੋ ਸਾਹਮਣੇ ਆਵੋ। ਸੋ ਬਾਬਾ ਜੀ ਦਾ ਕਹਿਣਾ ਜੋ ਥੱਲੇ ਲੋਕ ਖੜ੍ਹੇ ਨੇ ਇੱਥੇ ਖੜ੍ਹਨ ਦਾ ਕੋਈ ਫਾਇਦਾ ਨਹੀਂ, ਉੱਤੇ ਆ ਜਾਓ, ਇਹ ਤਾਂ ਮੇਲਾ ਦੇਖਣ ਆਏ ਨੇ, ਬਾਬਾ ਜੀ ਦਾ ਇਹ ਕਹਿਣਾ। ਬਹੁਤ ਤਣਾਅਪੂਰਨ ਜੋ ਕਲੈਸ਼ ਹੋ ਚੁੱਕਿਆ ਕਿਸਾਨਾਂ ਅਤੇ ਆਰਮੀ ਦੇ ਵਿੱਚ, ਲਗਾਤਾਰ ਆਰਮੀ ਵੱਲੋਂ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਗਿੱਲੀਆਂ ਬੋਰੀਆਂ ਵੀ ਕਿਸਾਨਾਂ ਵੱਲੋਂ ਹੰਝੂ ਗੈਸ ਦੇ ਗੋਲਿਆਂ 'ਤੇ ਸੁੱਟੀਆਂ ਜਾ ਰਹੀਆਂ ਨੇ, ਅਤੇ ਆਰਮੀ ਵੀ ਪੂਰੀ ਭਾਰੀ ਗਿਣਤੀ ਦੇ ਵਿੱਚ ਆ ਜੋ ਕਿਸਾਨਾਂ 'ਤੇ ਹਮਲਾ ਕਰ ਰਹੀ ਆ। ਇਨੋਸੈਂਟ ਕਿਸਾਨਾਂ ਦੇ ਉੱਤੇ ਲਗਾਤਾਰ ਹੰਝੂ ਗੈਸ ਦੇ ਗੋਲੇ ਜੋ ਦਾਗੇ ਜਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਜੋ ਬੋਰਡ ਲੱਗਿਆ ਹੋਇਆ ਹੈ ਸਰਕਾਰੀ ਟੋਲ ਵਾਲਾ, ਉਸ ਦੇ ਉੱਤੇ ਵੀ ਗੋਲਾ ਜੋ ਵੱਜਿਆ ਅਤੇ ਬਿਲਕੁਲ ਇਸ ਦੇ ਚੱਥੜੇ ਉੱਡ ਗਏ ਨੇ ਬੋਰਡ ਦੇ, ਅਤੇ ਜੇਕਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੇਕਰ ਕਿਸੇ ਮਨੁੱਖ ਦੇ ਵੱਜੇ ਉਹਦਾ ਕੀ ਹਾਲ ਹੋਏਗਾ। ਸੋ ਆਰਮੀ ਵੱਲੋਂ ਲਗਾਤਾਰ ਜੋ ਤਸ਼ੱਦਦ ਆ ਸ਼ੰਭੂ ਬਾਰਡਰ 'ਤੇ ਕੀਤਾ ਜਾ ਰਿਹਾ ਕਿਸਾਨਾਂ ਦੇ ਉੱਤੇ, ਕਿਸਾਨ ਜੋ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਮੰਗ ਕਰ ਰਹੇ ਨੇ, ਪਰ ਮੋਦੀ ਸਰਕਾਰ ਅਤੇ ਉਸ ਦੀ ਪੈਰਾਮਿਲਟਰੀ ਫੋਰਸਿਸ ਕਿਸਾਨਾਂ ਨਾਲ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ। ਲਗਾਤਾਰ ਹੰਝੂ ਗੈਸ ਦੇ ਗੋਲੇ ਅਤੇ ਗੋਲੀਆਂ ਜੋ ਫੌਜ ਵੱਲੋਂ ਦਾਗੀਆਂ ਜਾ ਰਹੀਆਂ ਨੇ, ਅਤੇ ਖਬਰ ਆਈ ਹੈ ਕਿ ਖਨੌਰੀ 'ਤੇ ਵੀ 2 ਨੌਜਵਾਨਾਂ ਦੀ ਜੋ ਗੋਲੀ ਲੱਗਣ ਨਾਲ ਮੌਤ ਹੋ ਚੁੱਕੀ ਆ। 1 23 ਸਾਲ ਦਾ ਨੌਜਵਾਨ ਆ, ਅਤੇ ਬਹੁਤ ਇਹ ਨਿੰਦਣਯੋਗ ਘਟਨਾ ਸਰਕਾਰ ਦੀ। ਦੋਨਾਂ ਬਾਰਡਰਾਂ 'ਤੇ ਬਹੁਤ ਤਣਾਅਪੂਰਨ ਹਾਲਾਤ ਬਣੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਲਗਾਤਾਰ ਆਰਮੀ ਜੋ ਕਿਸਾਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਸੁੱਟ ਰਹੀ ਆ, ਅਤੇ ਬਹੁਤ ਤਣਾਅਪੂਰਨ ਹਾਲਾਤ ਜੋ ਸ਼ੰਭੂ ਬਾਰਡਰ 'ਤੇ ਬਣੇ। ਹੋਰ ਹੰਝੂ ਗੈਸ ਦਾ ਗੋਲਾ ਤੁਸੀਂ ਦੇਖ ਸਕਦੇ ਹੋ ਜੀ, ਹੰਝੂ ਗੈਸ ਦੇ ਗੋਲੇ ਲਗਾਤਾਰ ਜੋ ਆਰਮੀ ਵੱਲੋਂ ਛੱਡੇ ਜਾ ਰਹੇ, ਉੱਧਰੋਂ ਆਰਮੀ ਹੰਝੂ ਗੈਸ ਦੇ ਗੋਲੇ ਛੱਡ ਰਹੀ ਆ, ਅਤੇ ਇੱਧਰ ਕਿਸਾਨ ਵੀਰ ਜਦੇ ਗਿੱਲੀਆਂ ਬੋਰੀਆਂ ਅਤੇ ਪਾਣੀ ਦੇ ਪ੍ਰੈਸ਼ਰ ਨਾਲ ਜੋ ਹੰਝੂ ਗੈਸ ਦੇ ਗੋਲੇ ਦਾ ਅਸਰ ਖਤਮ ਕਰ ਰਹੇ ਨੇ। ਅਤੇ ਲਗਾਤਾਰ ਸੁਬਾਹ ਤੋਂ ਪੰਜਾਬ ਅਤੇ ਹਿੰਦ ਦਾ ਇੱਕ ਜੰਗ ਚੱਲ ਰਿਹਾ, ਜਿੱਦਾਂ ਕੋਈ ਪਾਕਿਸਤਾਨ ਦਾ ਬਾਰਡਰ ਹੁੰਦਾ, ਇੱਦਾਂ ਦੇ ਹਾਲਾਤ ਇੱਥੇ ਮੋਦੀ ਗੌਰਮੈਂਟ ਵੱਲੋਂ ਬਣਾ ਦਿੱਤੇ ਗਏ ਨੇ। ਲਗਾਤਾਰ ਆਰਮੀ ਤਸ਼ੱਦਦ ਕਰ ਰਹੀ ਆ, ਜਿਵੇਂ ਹਿੰਦ ਪੰਜਾਬ ਦੀ ਜੰਗ ਲੱਗੀ ਹੋਵੇ, ਬਿਲਕੁਲ ਇਹੋ ਜਿਹੇ ਤਣਾਅਪੂਰਨ ਹਾਲਾਤ ਜੋ ਸ਼ੰਭੂ ਬਾਰਡਰ 'ਤੇ ਬਣਾ ਦਿੱਤੇ ਗਏ ਨੇ। ਸ਼ੰਭੂ ਬਾਰਡਰ ਤੋਂ ਤੁਸੀਂ ਲਾਈਵ ਦੇਖ ਸਕਦੇ ਹੋ ਜੀ, ਬਹੁਤ ਤਣਾਅਪੂਰਨ ਹਾਲਾਤ, ਆਹ ਵੀਰ ਜੀ ਦੇ ਹੰਝੂ ਗੈਸ ਜੋ ਅੱਖਾਂ ਵਿੱਚ ਪੈ ਗਿਆ,
ਕਿਸਾਨਾਂ ਵੱਲੋਂ ਪਤੰਗ ਵੀ ਚੜ੍ਹਾਏ ਹੋਏ ਨੇ ਅਤੇ ਜਦੋਂ ਡਰੋਨ ਆਉਂਦਾ ਆਤਿਸ਼ਬਾਜ਼ੀਆਂ ਵੀ ਛੱਡੀਆਂ ਜਾ ਰਹੀਆਂ ਨੇ। ਤੁਸੀਂ ਦੇਖ ਸਕਦੇ ਹੋ ਜੀ ਹੰਝੂ ਗੈਸ ਦੇ ਕੋਲ ਲਗਾਤਾਰ ਜੋ ਆਰਮੀ ਸੁਬਾਹ ਤੋਂ ਛੱਡ ਰਹੀ ਆ, 5 ਵੱਜ ਚੁੱਕੇ ਨੇ ਸ਼ਾਮ ਦੇ, ਹਜੇ ਵੀ ਆਰਮੀ ਲਗਾਤਾਰ ਹੰਝੂ ਗੈਸ ਦੇ ਕੋਲ ਛੱਡ ਰਹੀ ਆ। ਅਤੇ ਇਹਨਾਂ ਨੇ 30,000 ਦੀ ਗਿਣਤੀ ਦੇ ਵਿੱਚ ਹੋਰ ਜੋ ਹੰਝੂ ਗੈਸ ਦੇ ਕੋਲ ਮੰਗਾ ਲਏ ਨੇ ਸ਼ੰਭੂ ਬਾਰਡਰ ਦੇ ਉੱਤੇ। ਦਿੱਲੀ ਤਾਂ ਕੋਈ ਦੂਰ ਹੀ ਨਹੀਂ ਹੈ ਸਾਡੇ ਵਾਸਤੇ, ਦਿੱਲੀ ਨਹੀਂ ਹੈ ਕੋਈ ਦੂਰ, ਦਿੱਲੀ ਕੋਈ ਦੂਰ ਨਹੀਂ ਹੈ, 10ਵੇਂ ਪਾਤਸ਼ਾਹ ਦਾ ਹੱਥ ਆ, ਦਿੱਲੀ ਕੋਈ ਦੂਰ ਨਹੀਂ ਸਾਡੇ ਵਾਸਤੇ, ਜੋ ਕਰਨਾ ਤੂੰ ਕਰਕੇ ਗੁਜਰੀ ਆਪਣਾ, ਰਹਿ ਨਾ ਜਾਵੇ ਤੇਰੇ ਮਨ ਦੀ ਸ਼ੰਕਿਆ, ਖਟੜਾ ਤੇਰੇ ਮਨ ਦੀ ਸ਼ੰਕਿਆ ਨਾ ਰਹਿ ਜਾਵੇ, ਭਗਵੰਤ ਤੇਰੇ ਵੀ ਮਨ ਦੀ ਸ਼ੰਕਿਆ ਨਾ ਰਹਿ ਜਾਵੇ ਕੋਈ ਵੀ, ਤੂੰ ਆਪਣਾ ਕਰਕੇ ਗੁਜਰੀ। ਠੀਕ ਹੈ ਜੀ, ਬਾਬਾ ਜੀ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸ਼ੰਭੂ ਬਾਰਡਰ ਦੇ ਉੱਤੇ, ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ 'ਤੇ ਲਗਾਤਾਰ ਫੌਜ ਵੱਲੋਂ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ, ਕਿਸਾਨਾਂ ਦਾ ਸਬਰ ਪਰਖਿਆ ਜਾ ਰਿਹਾ ਸ਼ੰਭੂ ਬਾਰਡਰ ਦੇ ਉੱਤੇ, ਵਾਰ ਵਾਰ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਬਹੁਤ ਘਿਨੌਣੀਆਂ ਹਰਕਤਾਂ 'ਤੇ ਜੋ ਸਰਕਾਰ ਉਤਰ ਚੁੱਕੀ ਹੈ। ਦੇਖ ਸਕਦੇ ਹੋ ਆਵਾਜ਼ਾਂ ਆ ਰਹੀਆਂ ਨੇ, ਵਾਰ ਵਾਰ ਗੋਲੇ ਛੱਡੇ ਜਾ ਰਹੇ ਨੇ। ਉਹ ਸਰਕਾਰ ਵੱਲੋਂ ਵਾਰ ਵਾਰ ਡਰੋਨ ਛੱਡੇ ਜਾ ਰਹੇ ਨੇ ਅਤੇ ਇੱਧਰੋਂ ਕਿਸਾਨਾਂ ਵੱਲੋਂ ਆਤਿਸ਼ਬਾਜ਼ੀਆਂ ਚਲਾਈਆਂ ਜਾ ਰਹੀਆਂ ਨੇ, ਡਰੋਨ ਦੇ ਵਿੱਚ ਹੰਝੂ ਗੈਸ ਦਾ ਗੋਲਾ ਫਿੱਟ ਕਰਕੇ ਇੱਧਰ ਨੂੰ ਛੱਡਿਆ ਜਾ ਰਿਹਾ ਪੰਜਾਬ ਦੀ ਹੱਦ ਦੇ ਵਿੱਚ। ਹੁਣ ਜਿੱਦਾਂ ਹਿੰਦ ਪੰਜਾਬ ਦਾ ਜੰਗ ਹੋ ਰਿਹਾ ਹੋਵੇ, ਬਿਲਕੁਲ ਇੱਦਾਂ ਦੇ ਹਾਲਾਤ ਨੇ ਜੋ ਸੈਂਟਰ ਗੌਰਮੈਂਟ ਵੱਲੋਂ ਬਣਾ ਦਿੱਤੇ ਗਏ ਨੇ, ਜਿਵੇਂ ਹਿੰਦ ਪੰਜਾਬ ਦੀ ਜੰਗ ਚੱਲਦੀ ਹੋਵੇ, ਆਰਮੀ ਵੱਲੋਂ ਬਹੁਤ ਤਣਾਅਪੂਰਨ ਹਾਲਾਤ ਜੋ ਬਣਾ ਦਿੱਤੇ ਗਏ ਨੇ। ਗੋਲੇ ਜੋ ਆਰਮੀ ਵੱਲੋਂ ਛੱਡ ਦਿੱਤੇ ਗਏ ਨੇ, ਵਾਰ ਵਾਰ ਗੋਲੇ ਦਾਗੇ ਜਾ ਰਹੇ ਨੇ, ਆਰਮੀ ਵੱਲੋਂ ਫਿਰ ਹੰਝੂ ਗੈਸ ਦੇ ਗੋਲੇ ਜੋ ਛੱਡੇ ਗਏ ਨੇ, ਜੋ ਡਰੋਨ ਨਾਲ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ। ਸੋ ਡਰੋਨ ਦੇ ਨਾਲ ਵੀ 2 ਹੰਝੂ ਗੈਸ ਦੇ ਗੋਲੇ ਜੋ ਇੱਥੇ ਦਾਗੇ ਗਏ ਨੇ, ਬੈਠੇ ਲੋਕਾਂ ਪਰ ਹੰਝੂ ਗੈਸ ਦੇ ਗੋਲੇ ਛੱਡੇ ਗਏ। ਲਗਾਤਾਰ ਆਰਮੀ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ, ਡਰੋਨ ਛੱਡੇ ਜਾ ਰਹੇ ਨੇ, ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ। ਸ਼ੰਭੂ ਬਾਰਡਰ ਤੋਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ, ਬਹੁਤ ਜੋ ਜ਼ੁਲਮ ਕਰ ਰਿਹਾ ਮੋਦੀ ਸਰਕਾਰ ਅਤੇ ਆਰਮੀ ਸ਼ਾਂਤਮਈ ਢੰਗ ਨਾਲ ਜੋ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਤੁਸੀਂ ਸੁਣ ਸਕਦੇ ਹੋ ਆਵਾਜ਼ਾਂ, ਹੰਝੂ ਗੈਸ ਦੇ ਗੋਲੇ ਜੋ ਲਗਾਤਾਰ ਦਾਗੇ ਜਾ ਰਹੇ ਨੇ, ਡਰੋਨ ਵੀ ਛੱਡੇ ਗਏ ਨੇ। ਤੁਸੀਂ ਦੇਖ ਸਕਦੇ ਹੋ ਆਰਮੀ ਦੇ ਵੱਲੋਂ ਲਗਾਤਾਰ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ, ਲਗਾਤਾਰ ਉੱਧਰੋਂ ਗੋਲੇ ਛੱਡੇ ਜਾ ਰਹੇ ਨੇ ਹੰਝੂ ਗੈਸ ਦੇ ਗੋਲੇ, ਅਤੇ ਬਹੁਤ ਤਸ਼ੱਦਦ ਆ ਜੋ ਮੋਦੀ ਸਰਕਾਰ ਕਰ ਰਹੀ ਆ ਕਿਸਾਨਾਂ ਦੇ ਉੱਤੇ, ਅਤੇ ਨੌਜਵਾਨਾਂ ਵੱਲੋਂ ਪਤੰਗ ਵੀ ਚੜ੍ਹਾਏ ਗਏ ਨੇ ਅਤੇ ਉੱਧਰੋਂ ਵੀ ਡਰੋਨ ਛੱਡੇ ਜਾ ਰਹੇ ਨੇ। ਐਕਸਪਾਇਰੀ ਡੇਟ ਦੇ ਜੋ ਹੰਝੂ ਗੈਸ ਦੇ ਗੋਲੇ ਨੇ ਕਿਸਾਨਾਂ ਦੇ ਉੱਤੇ ਦਾਗੇ ਜਾ ਰਹੇ ਨੇ, ਲਗਾਤਾਰ ਜੋ ਗੋਲਿਆਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਨੇ। ਪੂਰਾ ਸ਼ੰਭੂ ਬਾਰਡਰ ਧਾਰ ਕੀਤਾ ਹੋਇਆ ਆਰਮੀ ਨੇ, ਬਹੁਤ ਜੋ ਜ਼ੁਲਮ ਮੋਦੀ ਸਰਕਾਰ ਕਰ ਰਹੀ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੰਭੂ ਬਾਰਡਰ 'ਤੇ ਅੱਜ ਦੀ ਰਿਪੋਰਟ ਜੋ ਭੰਦੇਰ ਸਾਹਿਬ ਵੱਲੋਂ ਸਟੇਜ 'ਤੇ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਕਿ ਕਨੌਰੀ 5 ਨੌਜਵਾਨਾਂ ਦੇ ਜੋ ਗੋਲੀ ਵੱਜੀ ਹੈ ਅਤੇ 2 ਨੌਜਵਾਨ ਜੋ ਸ਼ਹੀਦ ਹੋ ਚੁੱਕੇ ਨੇ, ਉਹਨਾਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਅੱਜ ਜੋ ਸ਼ੰਭੂ ਬਾਰਡਰ 'ਤੇ ਹੀ ਰੁਕਣ ਦਾ ਫੈਸਲਾ ਲੈ ਲਿੱਤਾ ਗਿਆ ਹੈ। ਜਥੇਬੰਦੀਆਂ ਵੱਲੋਂ ਸ਼ੰਭੂ 'ਤੇ ਸਟੇਅ ਕਰਨ ਦਾ ਜੋ ਭੰਦੇਰ ਸਾਹਿਬ ਨੇ ਇੱਥੋਂ ਸਟੇਜ ਤੋਂ ਹੁਣ ਅਨਾਊਂਸਮੈਂਟ ਕੀਤੀ ਹੈ ਕਿ ਜੋ 11 ਵਜੇ ਦੀ ਕਾਲ ਸੀ ਅਤੇ ਸਾਰਾ ਦਿਨ ਇੱਥੇ ਫੌਜ ਵੱਲੋਂ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ
ਤੇ ਬਹੁਤ ਤਸ਼ੱਦਦ ਕੀਤਾ ਗਿਆ ਕਿਸਾਨਾਂ ਤੇ, ਡਰੋਨ ਨਾਲ ਵੀ ਗੋਲੇ ਛੱਡੇ ਗਏ। ਸੋ ਐਟ ਦੀ ਐਂਡ ਇਹ ਰਿਜ਼ਲਟ ਨਿਕਲਿਆ ਕਿ ਅੱਜ ਸ਼ੰਭੂ ਹੀ ਸਟੇ ਕੀਤਾ ਜਾਵੇਗਾ ਤੇ ਅਗਲੀ ਜੋ ਅਗਲਾ ਜੋ ਪ੍ਰੋਗਰਾਮ ਹੈ ਉਹ ਜਥੇਬੰਦੀਆਂ ਦੱਸਣਗੀਆਂ। ਸੋ ਸ਼ੰਭੂ ਬਾਰਡਰ ਤੇ ਸ਼ਾਮ ਦੇ ਜੋ 6:30 ਵੱਜ ਚੁੱਕੇ ਨੇ ਤੇ ਆਰਮੀ ਅਜੇ ਵੀ ਤੈਨਾਤ ਹੈ ਤੇ ਕਿਸਾਨਾਂ ਦੇ ਉੱਤੇ ਸਾਰਾ ਦਿਨ ਹੰਝੂ ਗੈਸ ਦੇ ਜੋ ਗੋਲੇ ਦਾਗੇ ਗਏ ਸੀ ਤੇ ਹੁਣ ਜਥੇਬੰਦੀਆਂ ਵੱਲੋਂ ਜੋ ਫੈਸਲਾ ਲਿੱਤਾ ਗਿਆ ਜੋ ਖਨੌਰੀ ਵੀਰ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਅੱਜ ਸ਼ੰਭੂ ਬਾਰਡਰ ਤੇ ਹੀ ਸਟੇਅ ਕਰਨ ਦਾ ਜੋ ਫੈਸਲਾ ਲਿੱਤਾ ਗਿਆ ਹੈ ਕਿ ਅੱਜ ਸ਼ੰਭੂ ਤੇ ਸਟੇਅ ਕਰਾਂਗੇ ਤੇ ਅਗਲੇ ਪ੍ਰੋਗਰਾਮ ਦੀ ਉਡੀਕ ਜਦੋਂ ਤੱਕ ਜਥੇਬੰਦੀਆਂ ਐਲਾਨ ਨਹੀਂ ਕਰਦੀਆਂ ਤੇ ਆਰਮੀ ਹਜੇ ਵੀ ਇੱਥੇ ਤੈਨਾਤ ਹੈ ਤੇ ਸਾਰਾ ਦਿਨ ਡਰਾਉਣ ਦੇ ਨਾਲ ਤੇ ਹੰਝੂ ਗੈਸ ਦੇ ਜੋ ਗੋਲੇ ਇੱਥੇ ਕਿਸਾਨਾਂ ਤੇ ਦਾਗੇ ਗਏ ਤੇ ਕਈਆਂ ਦੇ ਸੱਟਾਂ ਵੀ ਲੱਗੀਆਂ, ਕਈਆਂ ਦਾ ਬਹੁਤ ਨੁਕਸਾਨ ਵੀ ਹੋਇਆ। ਵਾਹਿਗੁਰੂ ਦੀ ਕਿਰਪਾ ਨਾਲ ਸ਼ੰਭੂ ਤੇ ਸੁੱਖ ਸਾਂਦ ਹੈ, ਕਿਸੇ ਦਾ ਕੋਈ ਜਾਨੀ ਮਾਲੀ ਜਾਂ ਨੁਕਸਾਨ ਨਹੀਂ ਹੋਇਆ। ਪਰ ਖਨੌਰੀ ਤੇ ਪਤਾ ਲੱਗਾ ਕਿ ਦੋ ਲੱਗੇ ਨੇ, ਇੱਕ ਦੀ ਉਮਰ ਜੋ 23 ਸਾਲ ਸੀ ਤੇ 5 ਮੁੰਡਿਆਂ ਤੇ ਜੋ ਗੋਲੀਆਂ ਚਲਾਈਆਂ ਗਈਆਂ ਤੇ 25 ਟਰੈਕਟਰ ਟਰਾਲੀਆਂ ਦੇ ਟਾਇਰ ਵੱਢ ਦਿੱਤੇ ਗਏ ਨੇ ਤੇ ਬਹੁਤ ਨਿੰਦਣਯੋਗ ਘਟਨਾ ਸੀ ਕਿਉਂਕਿ ਆਰਮੀ ਦੇ ਵਿੱਚ RSS ਦੇ ਬੰਦੇ ਰਲੇ ਹੋਏ ਨੇ ਤੇ ਉਹ RSS ਦੇ ਬੰਦੇ ਆਰਮੀ ਵਿੱਚ ਉਹਨਾਂ ਦੇ ਕੱਪੜੇ ਪਾ ਕੇ ਸਿੱਖਾਂ ਤੇ ਪੰਜਾਬੀਆਂ ਤੇ ਹਮਲੇ ਕਰਦੇ ਨੇ ਤੇ ਆਪਣੀਆਂ ਆਪਸੀ ਜੋ ਰੰਜਿਸਾਂ ਨੇ ਉਹ ਕੱਢਦੇ ਨੇ। ਸੋ ਇਹ ਅੱਜ ਦੀ ਰਿਪੋਰਟ ਹੈ 21 ਫਰਵਰੀ ਸ਼ੰਭੂ ਬਾਰਡਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।